मोगा के ड्रौली पिंड विच अदाकार सोनू सूद अपनी भैन मालविका सूद नाल पहुंचे। इस दौरान उन्हां वल्लों मैडिकल कैंप लगाया गया सी, जिथे उन्हां वल्लों मीडिया नूं संबोधन करदे हुए सियासत च आउण नूं लै के वड्डा बयान दिता गया। दरअसल सोनू सूद का कहना है कि वह हाले कुछ होर सोच रहे ने, वह राजनीति विच नहीं आना चाहते। तो सब तो वड्डा नेता उन्होंने कहा है कि वह हुंदा है जो बिना किसी लालच और कुर्सी के लालच नूं छड्ड के फिर काम करे। लगातार 5-6 महीने तो मालविका मैम जिहड़े फील्ड च आ जां पिंडां जा रहे लोकां दीआं मुश्किलां सुन रहे, फिर भी इन्ना टाइम क्यों लग रहा पार्टी चूज करन लगे सर? देखिए, आइडिया पहलां तां कदी सोचा भी नहीं सी कि मालविका इलैक्शन कदी आएगी। ਇਹ ਇੱਕ ਗ੍ਰੈਜੂਅਲ ਪ੍ਰੋਸੈਸ ਹੈ। ਮੈਂ ਹਮੇਸ਼ਾ ਉਹੀ ਕਹਿੰਦਾ, ਸਾਰਿਆਂ ਨਾਲੋਂ ਵੱਡਾ ਲੀਡਰ ਉਹ ਜਿਹੜਾ ਕਿਸੇ ਪਾਰਟੀ ਦੇ ਪਿੱਛੇ ਕਿਸੇ ਕੁਰਸੀ ਦੇ ਪਿੱਛੇ ਨਾ ਜਾਵੇ, ਉਹ ਲੋਕਾਂ ਦੀ ਸੋਚ ਪਿੱਛੇ ਜਾਵੇ। ਇਹ ਜਿਹੜਾ ਪ੍ਰੋਸੈਸ ਵੀ ਹੋਇਆ, ਅਸੀਂ ਕਦੀ ਸੋਚਿਆ ਨਹੀਂ ਸੀ ਕਿ ਰਾਜਨੀਤੀ ਦੇ ਵਿੱਚ ਮਾਲਿਕਾ ਸਾਡੇ ਪਰਿਵਾਰ ਦੇ ਵਿੱਚੋਂ ਜਾਏਗੀ ਜਾਂ ਕੋਈ ਵੀ ਜਾਏਗਾ, ਪਰ ਇਹ ਹੌਲੀ ਹੌਲੀ ਪ੍ਰੋਸੈਸ ਇਹ ਬਣਿਆ ਕਿ ਤੁਸੀਂ ਕੁਛ ਕੈਂਪਸ ਕਰਕੇ ਜਾਂ ਕੁਛ ਪਿੰਡਾਂ ਤੱਕ ਪਹੁੰਚ ਕੇ ਤੁਸੀਂ ਉਹ ਬਦਲਾਵ ਨਹੀਂ ਲਿਆ ਸਕਦੇ ਜਦੋਂ ਤੁਸੀਂ ਸਿਸਟਮ ਦਿਨ ਵਿੱਚ ਨਹੀਂ ਆਉਂਦੇ। ਹੁਣ ਜੋ ਤੁਹਾਨੂੰ ਲੋਕਾਂ ਨੂੰ ਮਿਲਦੇ, ਤੁਹਾਨੂੰ ਪਤਾ ਚੱਲਦਾ ਲੋਕਾਂ ਨੂੰ ਕੀ ਤਕਲੀਫਾਂ ਨੇ, ਕੀ ਪ੍ਰੋਬਲਮਸ ਨੇ, ਤੋ ਜਦ ਤੁਸੀਂ ਉਹ ਸਿਸਟਮ 'ਚ ਇੰਪਲੀਮੈਂਟ ਕਰਦੇ ਹੋ, ਤਾਂ ਆਈ ਥਿੰਕ ਮਾਲਵਿਕਾ ਨੇ, ਮੇਰੀ ਰੋਜ਼ ਗੱਲ ਹੁੰਦੀ ਰਹਿੰਦੀ ਜਦੋਂ ਮੈਂ ਟਰੈਵਲ ਵੀ ਕਰਦਾ ਕਿ ਕੀ ਤਕਲੀਫਾਂ ਨੇ। ਆਪਾਂ ਸਾਰਿਆਂ ਨੂੰ ਪਹਿਲਾਂ ਦੇਖਿਆ ਕਿ ਹੈਲਥ ਐਜੂਕੇਸ਼ਨ, ਇਹ ਇੰਨੀਆਂ ਵੱਡੀਆਂ ਤਕਲੀਫਾਂ ਨੇ ਜਿਹੜੀਆਂ ਹਰ ਘਰ ਦੇ ਵਿੱਚ ਆਪਾਂ ਦੇਖਦੇ ਹਾਂ। ਇੰਪਲੋਇਮੈਂਟ ਦੀ ਬਹੁਤ ਵੱਡੀ ਤਕਲੀਫ ਆ, ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਏ, ਉਹਦੇ 'ਤੇ ਮੈਂ ਆਪਣੇ ਲੈਵਲ 'ਤੇ ਜੋ ਮੇਰੇ ਤੋਂ ਬੈਸਟ ਹੋ ਪਾ ਰਿਹਾ ਅਸੀਂ ਕਰ ਰਹੇ ਹਾਂ, ਮਾਲਵਿਕਾ ਆਪਣੇ ਲੈਵਲ 'ਤੇ ਇੰਪਲੀਮੈਂਟ ਕਰ ਰਹੀ ਹੈ, ਅਤੇ ਹੁਣ ਉਹਨਾਂ ਦੇ ਵਿੱਚ ਰਹਿ ਕੇ ਹੀ ਤਕਲੀਫਾਂ ਦੂਰ ਹੋ ਸਕਦੀਆਂ, ਦੂਰੋਂ ਬਹਿ ਕੇ ਤਕਲੀਫਾਂ ਦੂਰ ਨਹੀਂ ਹੋ ਸਕਦੀਆਂ। ਸਿਸਟਮ ਦੀ ਗੱਲ ਕੀਤੀ ਹੈ, ਸਿਸਟਮ ਦਾ ਇੱਕ ਹਿੱਸਾ ਰਹੇ ਹੋ ਤੁਸੀਂ ਕੋਰੋਨਾ ਕਾਲ ਦੇ ਦੌਰਾਨ, ਤੁਸੀਂ ਚੰਗੀ ਤਰ੍ਹਾਂ ਵਾਚਿਆ, ਚੰਗੀ ਤਰ੍ਹਾਂ ਜਾਣਿਆ ਕੀ ਸਿਸਟਮ ਹੁੰਦਾ, ਕਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ, ਫਿਰ ਵੀ ਲੱਗਦਾ ਕਿ ਹਜੇ ਵੀ ਤੁਹਾਨੂੰ ਟਾਈਮ ਚਾਹੀਦਾ ਪਾਰਟੀ ਅਨਾਊਂਸ ਕਰਨ ਲਈ ਸਰ? ਦੇਖੋ, ਬਿਲਕੁਲ ਚਾਹੀਦਾ, ਕਿਉਂਕਿ ਕੀ ਹੈ, ਜਦੋਂ ਤੁਸੀਂ ਕਿਸੇ ਨਾਲ ਜੁੜਦੇ ਹੋ, ਤੁਸੀਂ ਉਹਨਾਂ ਦੇ ਸਿਸਟਮ, ਉਹਨਾਂ ਦੇ ਤੌਰ ਤਰੀਕਿਆਂ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ। ਜਦੋਂ ਮੈਂ ਕੋਰੋਨਾ ਕਾਲ 'ਚ ਕੰਮ ਕੀਤਾ, ਉਦੋਂ ਮੈਂ ਕਿਸੇ ਨਾਲ ਜੁੜਿਆ ਨਹੀਂ ਸੀ, ਮੇਰੀ ਇੱਕ ਆਪਣਾ ਸਿਸਟਮ ਸੀ, ਮੈਂ ਆਪਣੇ ਫਾਰਮੂਲਾ ਬਣਾਉਂਦਾ ਸੀ, ਲੱਖਾਂ ਲੋਕਾਂ ਤੱਕ ਪਹੁੰਚੇ, ਉਹਨਾਂ ਨੂੰ 2.5-3 ਲੱਖ ਤਾਂ ਮੈਂ ਅਸੀਂ ਨੌਕਰੀਆਂ ਦਵਾ ਚੁੱਕੇ ਹਾਂ, ਹਜ਼ਾਰਾਂ ਲੱਖਾਂ ਲੋਕਾਂ ਦੀ ਅੱਜ ਵੀ ਦਵਾਈਆਂ ਚੱਲ ਰਹੀਆਂ, ਮੈਡੀਸਨ ਚੱਲ ਰਹੀਆਂ, ਐਜੂਕੇਸ਼ਨ ਚੱਲ ਰਹੀਆਂ। ਉਹ ਇਸ ਲਈ ਬਣ ਪਾਇਆ ਕਿਉਂਕਿ ਅਸੀਂ ਕਿਸੇ ਦੀ ਸੋਚਿਆ ਨਹੀਂ ਸੀ, ਆਪਣਾ ਸਿਸਟਮ ਬਣਾਇਆ। ਹੁਣ ਜਿਹੜਾ ਅਸੀਂ ਤਿਆਰ ਕੀਤਾ ਕਰੋਨਾ ਟਾਈਮ 'ਚ, ਅਸੀਂ ਉਹ ਪੰਜਾਬ ਦੇ ਵਿੱਚ ਮੈਂ ਕਿਵੇਂ ਲੈ ਕੇ ਕਿਹੜੀਆਂ ਪਾਰਟੀਆਂ ਨਾਲ ਜੁੜ ਕੇ ਕਿਹੜੇ ਉਹ ਸਿਸਟਮ ਦੇ ਵਿੱਚ ਆ ਸਕਦੇ, ਕਿਹੜੀਆਂ ਅਸੀਂ ਉਹਨਾਂ ਸਿਸਟਮ 'ਚ ਆ ਸਕਦੇ, ਉਹ ਚੀਜ਼ਾਂ ਇਕੱਠੀਆਂ ਕਰਨੀਆਂ ਬੜੀਆਂ ਜ਼ਰੂਰੀ ਹੈ, ਕਿਤੇ ਐਸਾ ਨਾ ਹੋਏ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹ ਇੱਕ ਸੋਚ ਦੇ ਨਾਲ ਵਧਣ ਦੀ ਬਜਾਏ ਥਵੇਂ।